ਅੰਮ੍ਰਿਤਸਰ ਦੇ ਪੁਲਿਸ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਗੁਰੂ ਨਾਨਕਪੁਰਾ ਵਿਖੇ ਤਾਬੜਤੋੜ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਅਵਤਾਰ ਸਿੰਘ ਪੁੱਤਰ ਰਿਸ਼ਪਾਲ ਸਿੰਘ ਵਾਸੀ ਗਲੀ ਨੰਬਰ 8 ਸੰਧੂ ਡੇਅਰੀ ਵਾਲੀ ਗਲੀ ਨੇੜੇ ਬਾਬਾ ਰੋਡੇ ਸ਼ਾਹ ਗੁਰੂ ਨਾਨਕਪੁਰਾ ਨੇ ਦੱਸਿਆ ਕਿ ਬੀਤੇ ਦਿਨੀ ਉਸਦੇ ਦੋਸਤ ਦੀਪੂ ਦੇ ਨਾਲ ਰਾਜੂ ਜੱਟੀ ਦੀ ਕੋਈ ਬਹਿਸਬਾਜ਼ੀ ਹੋਈ ਸੀ, ਜਿਸ ਦਾ ਆਪਸ ਵਿੱਚ ਬੈਠ ਕੇ ਸਮਝੌਤਾ ਕਰਵਾ ਦਿੱਤਾ ਗਿਆ, ਜਿਸ ਦੀ ਰੰਜਿਸ਼ ਰੱਖਦਿਆਂ ਦੇਰ ਸ਼ਾਮ 7:15 ਵਜੇ ਦੇ ਕਰੀਬ ਰਾਜੂ ਜੱਟੀ ਅਤੇ ਦਾਨਿਸ਼ ਦੇ ਨਾਲ 15 ਤੋਂ 20 ਅਣਪਛਾਤੇ ਵਿਅਕਤੀਆਂ ਵੱਲੋਂ ਪਿਸਤੌਲਾਂ ਅਤੇ ਹੋਰ ਮਾਰੂ ਹਥਿਆਰਾਂ ਦੇ ਨਾਲ ਲੈਸ ਹੋ ਕੇ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਅਸੀਂ ਸ਼ਟਰ ਬੰਦ ਕਰਕੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਅਤੇ ਅਸੀਂ ਸ਼ਟਰ ਬੰਦ ਕਰਕੇ ਬੜੀ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ। ਭਾਜੀ ਮੈਨੂੰ ਨਹੀਂ ਜੋ ਪਤਾ, 3-4 ਦਿਨ ਆਣ ਕੇ ਪਹਿਲਾਂ ਸਾਡੇ ਇੱਥੇ ਆਣ ਕੇ ਦੁਕਾਨ 'ਤੇ ਪਏ ਆ, ਠੀਕ ਆ। ਫਿਰ ਉਦੋਂ ਉਹਨਾਂ ਨੂੰ ਸੱਟਾਂ ਲੱਗੀਆਂ, ਸਾਡੇ ਬੰਦੇ ਨੂੰ ਇੱਕ ਨੂੰ ਸੱਟਾਂ ਲੱਗੀਆਂ ਜੋ। ਫਿਰ ਅੱਜ ਫਿਰ ਸਾਨੂੰ ਨਾ ਮੁੰਡਾ ਆਣ ਡਿਆ, ਆ ਸਾਡਾ ਗਵਾਂਢੀ ਹੈਗਾ, ਇਹਨੇ ਉੱਥੋਂ ਮੈਨੂੰ ਫੋਨ ਕੀਤਾ ਜੋ ਵੀ ਕਿਆ ਉਹ ਗੱਲਾਂ ਕਰਨ ਡਿਆ ਵੀ ਸੰਧੂ ਡੇਰੀ 'ਤੇ ਜਾ ਕੇ ਪੈਣਾ, 60-70 ਜਾਣੇ ਹੈਗੇ ਸੀ। ਅੱਜ ਉਹ ਸ਼ਟਰ ਸਾਹੀ ਸੁੱਟਦਿਆਂ ਸਾਡੇ ਇੱਥੇ ਦੁਕਾਨ 'ਤੇ ਆ ਕੇ ਪੈ ਗਏ ਜੋ, ਸ਼ਟਰ ਸਾਡਾ ਸਾਰਾ ਪਾਟਾ ਪਿਆ ਜੋ, ਆਣ ਕੇ ਦਾਤਰ ਮਾਰੇ, ਨਾਲ ਗੋਲੀਆਂ ਵੀ ਚਲਾਈਆਂ ਜੋ ਉਹਨਾਂ, ਅਤੇ ਆਣ ਕੇ ਦਾਤਰ ਉਹਨਾਂ ਗੋਲੀਆਂ ਚਲਾਈਆਂ, ਨਾਲ ਇੱਟਾਂ ਰੋੜਾ ਸਾਰੇ 60-70 ਜਾਣੇ ਆਣ ਕੇ, ਅਤੇ ਉਹ ਆਣ ਕੇ ਗੱਲ ਪੈ ਜੋ ਮੇਰੇ, ਇੱਕ ਰਾਜੂ ਜੱਟੀ ਅਤੇ ਲੋਹਗੜ੍ਹ ਦਾ, ਇੱਕ ਦਾਨਿਸ਼, ਉਹ ਭਤੀਜਾ ਹੈਗਾ ਜੋ, ਅਤੇ ਇੱਕ ਉਹਦਾ ਪਿਓ ਮਤਲਬ ਮੁੰਡੇ ਦਾ ਪਿਓ। ਨਹੀਂ ਭਾਅ ਜੀ ਕੋਈ ਰੰਜਿਸ਼ ਨਹੀਂ ਹੈਗੀ, ਪਰ 3-4 ਦਿਨ ਪਹਿਲਾਂ ਵੀ ਆਣ ਕੇ ਪਏ ਸੀ, ਅਤੇ ਉਦਣ ਦੇ ਆਣ ਕੇ ਅਤੇ ਫਿਰ ਅੱਜ ਪਏ, ਫਿਰ ਦੁਬਾਰਾ ਕਹਿੰਦੇ ਸੀ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡੇ ਆਣ ਕੇ ਜੋ ਵੀ ਨੁਕਸਾਨ ਹੋਇਆ ਸਾਡਾ ਉਹ ਭਰਪੂਰ ਕਰਨ, ਅਤੇ ਜਿਹੜਾ ਵੀ ਆਣ ਕੇ ਸਾਡੇ ਪਏ ਆ ਅਤੇ ਉਹਨੇ ਪੂਰੀ ਕਾਰਵਾਈ ਹੋਈ ਹੈ। ਹਾਂਜੀ ਭਾਅ ਜੀ, ਇੱਕ ਸਾਡੇ ਮੁੰਡਾ ਸੌਰਵ ਹੈਗਾ, ਉਹਦੇ ਸੱਟਾਂ ਲੱਗੀਆਂ, ਹੋਸਪਿਟਲ ਉਹ ਦਾਖਲ ਹੈਗਾ। ਕੋਟ ਖਾਲਸਾ ਥਾਣਾ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਜਲਦੀ ਹੀ ਉਕਤ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। ਇੱਕ ਸੰਧੂ ਡੇਰੀ ਆ, ਅਵਤਾਰ ਸਿੰਘ ਆ ਮੁੰਡਾ, ਇਹਦੀ ਕੋਈ ਪਹਿਲਾਂ ਵੀ ਇਹਨਾਂ ਦੀ ਕਿਸੇ ਨਾਲ ਇੱਥੋਂ ਲੋਹਗੜ੍ਹ ਦੇ ਕੋਈ ਮੁੰਡੇ ਉਹਨਾਂ ਨਾਲ ਝਗੜਾ ਹੋਇਆ ਸੀ ਪਹਿਲਾਂ 5-4 ਦਿਨ ਥੋੜ੍ਹਾ ਜਿਹਾ, ਅਤੇ ਉਹਦੇ ਸੰਬੰਧ ਵਿੱਚ ਅੱਜ ਇਹਨਾਂ ਦੀ ਫਿਰ ਤਕਰਾਰ ਹੋਈ, ਇੱਥੇ ਝਗੜਾ ਹੋਇਆ। ਬਾਕੀ ਸਟੇਟਮੈਂਟ ਲਿਖਣੀ, ਇਹਨਾਂ ਨੇ ਬਿਆਨ ਲਿਖਣੇ, ਜਿਹੜੇ ਜਿਹੜੇ ਬੰਦੇ ਹੈਗੇ ਫੜ ਕੇ ਪਰਚਾ ਦੇਣੇ। ਆਹ CCTV 'ਚ ਆਏ ਆ, ਦਿਸਦੇ ਆ, ਬਾਕੀ ਆਈਡੈਂਟੀਫਾਈ ਕਰਨੇ ਕਿਹੜੇ ਕਿਹੜੇ ਆ, ਇਹਨਾਂ ਨੂੰ ਵੀ ਪਤਾ ਹੋਣਾ, ਇਹਨਾਂ ਜੋ ਸਟੇਟਮੈਂਟ ਲਿਖਾਉਣਗੇ ਉਹਦੇ ਮੁਤਾਬਕ ਕਿਹੜੀ ਕਾਰਵਾਈ ਕਰਦੇ। ਪੁਲਿਸ ਵੱਲੋਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਆਸ-ਪਾਸ ਦੇ CCTV ਕੈਮਰਿਆਂ ਨੂੰ ਖੰਗਾ ਲਿਆ ਜਾ ਰਿਹਾ ਹੈ। ਨਿਊਜ਼ ਡੈਸਕ ਤੋਂ ਹਰਮਨ ਜੰਡੂ ਦੇ ਨਾਲ ਮਨਿੰਦਰ ਕੌਰ, ਵੌਇਸ ਆਫ ਪੰਜਾਬ, ਅੰਮ੍ਰਿਤਸਰ। ਵਧੇਰੇ ਖਬਰਾਂ ਲਈ ਸਾਡੇ ਵੌਇਸ ਆਫ ਪੰਜਾਬ ਦੇ ਫੇਸਬੁੱਕ ਪੇਜ ਨੂੰ ਲਾਈਕ ਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।